ਸਮਝਿਆ ਜੀ ਅਸੀਂ ਅੱਜ ਦੇ ਨਾਲ ਸਾਂਝ ਪਾਵਾਂਗੇ ਕਿ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਵਾਰਨਾ ਕਿਸ ਨੇ ਕੀਤਾ। ਧੰਨ ਧੰਨ ਗੁਰਦੇਵ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁਕੱਦਸ ਫਤਿਹ ਨਾਲ ਆਓ ਆਪਾਂ ਸ਼ੁਰੂ ਕਰਦੇ ਇਸ ਵਾਕਿਆ ਨੂੰ ਅਤੇ ਗੱਜ ਵੱਜ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਦੀ ਗੱਲ ਹੈ ਕਿ ਅਸੀਂ ਦੁਆਬੇ ਦੇ ਵਿੱਚ ਇੱਕ ਮੈਰੀ ਦੇ ਵਿੱਚ ਗਏ ਹੋਏ ਸਨ। ਉਸ ਮੈਰੀ ਦੇ ਵਿੱਚ ਬਹੁਤ ਸਾਰੇ ਲੋਕ ਫੋਰਨਰ ਸਨ ਔਰ ਉਹਨਾਂ ਦੇ ਨਾਲ ਕੁਛ ਉੱਧਰਲੇ ਅੰਗਰੇਜ਼ ਲੋਕ ਵੀ ਆਏ ਹੋਏ ਸਨ ਜਿਹੜੇ ਕਿ ਪੰਜਾਬ ਦੀਆਂ ਰੀਤਾਂ ਜਾਂ ਰਿਵਾਜ਼ ਵੇਖਣ ਵਾਸਤੇ ਆਏ ਹੋਏ ਸਨ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਵਿਆਹ ਕਰਦਾ। ਜਿਸ ਵੇਲੇ ਵਿਆਹ ਵਾਲੀ ਜੋੜੀ ਜਿਹੜਾ ਲਾੜਾ ਲਾੜੀ ਸੀਗੇ ਇਹ ਸਟੇਜ ਦੇ ਉੱਪਰ ਸਜੇ ਤਾਂ ਇਹਨਾਂ ਦੇ ਜਿਹੜੇ ਵੀ ਰਿਸ਼ਤੇਦਾਰ ਸੀਗੇ ਸੱਜਣ ਸੀਗੇ ਮਿੱਤਰ ਸੀਗੇ ਹੋਰ ਵੀ ਸਾਕ ਸੰਬੰਧੀ ਸੀਗੇ ਇਹ ਸਾਰੇ ਵਾਰੀ ਵਾਰੀ ਸਟੇਜ 'ਤੇ ਆ ਰਹੇ ਸਨ ਔਰ ਇਹਨਾਂ ਦੇ ਉੱਪਰ ਹੀ ਕੁਛ ਪੈਸੇ ਵਾਰ ਕੇ ਲਾਗੀ ਨੂੰ ਦੇ ਦਿੰਦੇ ਸਨ ਕੁਛ ਪੈਸੇ ਇਹਨਾਂ ਨੂੰ ਝੋਟ ਵਾਰ ਕੇ ਰੱਖ ਦਿੰਦੇ ਸਨ। ਇਹ ਸਭ ਅੰਗਰੇਜ਼ ਇਹ ਵੇਖ ਕੇ ਬੜੇ ਹੈਰਾਨ ਸਨ। ਇਹ ਸਾਡੇ ਬਰਾਬਰ ਵਾਲੇ ਲੱਗੇ ਹੋਏ ਸੋਫੇ ਦੇ ਉੱਪਰ ਬੈਠੇ ਹੋਏ ਸਨ ਅਤੇ ਇਹਨਾਂ ਨੇ ਮੈਨੂੰ ਪੁੱਛ ਲਿਆ ਕਿ ਇਹ ਲੋਕ ਇਸ ਤਰ੍ਹਾਂ ਕਿਉਂ ਕਰ ਰਹੇ ਹਨ ਕਿਉਂਕਿ ਇਹਨਾਂ ਨੂੰ ਥੋੜ੍ਹੀ ਥੋੜ੍ਹੀ ਪੰਜਾਬੀ ਆਉਂਦੀ ਸੀ ਕਿਉਂਕਿ ਪੰਜਾਬ ਨਾਲ ਇਹਨਾਂ ਦੀ ਰਿਸ਼ਤੇਦਾਰੀਆਂ ਸੀਗੀਆਂ। ਤਾਂ ਮੈਂ ਇਹਨਾਂ ਨੂੰ ਦੱਸਿਆ ਵੀ ਇਹਦਾ ਮਤਲਬ ਇਹ ਹੁੰਦਾ ਲੋਕ ਇਸ ਕਰਕੇ ਪੈਸੇ ਵਾਰ ਰਹੇ ਹਨ ਕਿ ਆਹ ਜਿਹੜੀ ਦੁਨੀਆਂ ਦੀ ਦੌਲਤ ਹੈਗੀ ਆ ਜਿਹਦੇ ਨਾਲ ਅਸੀਂ ਜ਼ਿੰਦਗੀ ਬਸਰ ਕਰਦੇ ਹਾਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਆਪਣੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਇਹ ਸਾਡੇ ਵਾਸਤੇ ਕੁਛ ਵੀ ਨਹੀਂ ਹੈ। ਇਹਨਾਂ ਬੱਚਿਆਂ ਦੇ ਸਾਡੇ ਬੱਚੇ ਸਭ ਤੋਂ ਪਿਆਰੇ ਇਹਦਾ ਮਤਲਬ ਇਹ ਹੁੰਦਾ ਇਸ ਕਰਕੇ ਹੀ ਇਹ ਪੈਸੇ ਇਹਨਾਂ ਪਰਿਵਾਰਕ ਲੋਕਾਂ ਨੂੰ ਮੰਗਦੇ। ਤਾਂ ਅੰਗਰੇਜ਼ਾਂ ਨੂੰ ਇੱਕ ਬੜੀ ਭੈੜੀ ਆਦਤ ਹੁੰਦੀ ਕਿ ਇਹ ਰਿਕਾਰਡ ਬਣਾਉਣ ਦੇ ਵਿੱਚ ਬਹੁਤ ਯਕੀਨ ਰੱਖਦੇ ਹਨ ਔਰ ਇਹ ਸਵਾਲ ਬਹੁਤ ਕਰਦੇ ਹਨ। ਇਹਨਾਂ ਨੇ ਅਗਲਾ ਸਵਾਲ ਸੀਗਾ ਕਿ ਤੁਸੀਂ ਦੱਸ ਸਕਦੇ ਹੋ ਕਿ ਅੱਜ ਤੱਕ ਸਭ ਤੋਂ ਵੱਡਾ ਜਾਂ ਵੱਧ ਵਾਰਨਾ ਕਿਸ ਨੇ ਕੀਤਾ ਇਸਦਾ ਕੋਈ ਰਿਕਾਰਡ ਹੈਗਾ। ਤਾਂ ਮੈਂ ਇਹਨਾਂ ਨੂੰ ਫਿਰ ਕੁਛ ਟਾਈਮ ਸੋਚਣ ਤੋਂ ਬਾਅਦ ਦੱਸਿਆ ਕਿ ਇਹ ਤਾਂ ਨਹੀਂ ਮੈਂ ਦੱਸ ਸਕਦਾ ਵੀ ਪੈਸਿਆਂ ਦਾ ਵਾਰਨਾ ਸਭ ਤੋਂ ਵੱਧ ਕਿਸ ਨੇ ਕੀਤਾ ਪਰ ਇੱਕ ਐਸਾ ਵਾਰਨਾ ਹੈ ਜਿਹੜਾ ਕਿ ਸਾਡੇ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ। ਉਹ ਆਪਣੇ ਪੁੱਤਰਾਂ ਦਾ ਵਾਰਨਾ ਉਹਨਾਂ ਨੇ ਆਪਣੇ ਖਾਲਸੇ ਦੇ ਉੱਪਰ ਵੀ ਆਪਣੀ ਕੌਮ ਦੇ ਉੱਪਰ ਵੀ ਵਾਰ ਕੇ ਇਹਨਾਂ ਦੀ ਝੋਲੀ ਵਿੱਚ ਪਾ ਦਿੱਤਾ ਸੀਗਾ। ਉਹਨਾਂ ਨੇ ਆਪਣੇ ਚਾਰ ਪੁੱਤਰ ਆਪਣੀ ਕੌਮ ਦੇ ਲਈ ਸ਼ਹੀਦ ਕਰਵਾ ਦਿੱਤੇ। ਇਹ ਸੁਣ ਕੇ ਬੜੇ ਹੈਰਾਨ ਸੀਗੇ ਉਹ। ਮੈਂ ਆਖਿਆ ਵੀ ਇਸ ਤੋਂ ਵੱਡਾ ਵਾਰਨਾ ਅੱਜ ਤੱਕ ਦੁਨੀਆ ਦੇ ਕਿਸੇ ਵੀ ਰਹਿਬਰ ਨੇ ਪੈਗੰਬਰ ਨੇ ਕਿਸੇ ਨੇ ਵੀ ਐਡਾ ਵੱਡਾ ਵਾਰਨਾ ਨਹੀਂ ਕੀਤਾ ਜਿਸ ਨੇ ਕਿ ਆਪਣੇ ਚਾਰ ਪੁੱਤਰ ਹੀ ਕੌਮ ਉੱਤੇ ਵੀ ਵਾਰ ਦਿੱਤਾ। ਇਹ ਸੁਣ ਕੇ ਉਹ ਬੜੇ ਹੈਰਾਨ ਸਨ ਔਰ ਉਹਨਾਂ ਦਾ ਕੁਛ ਦਿਨਾਂ ਬਾਅਦ ਮੈਨੂੰ ਫੋਨ ਆਇਆ ਕਿ ਜਿਹੜੇ ਅੰਗਰੇਜ਼ ਹੈਗੇ ਉਹ ਇਤਿਹਾਸ ਮੰਗਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਤਾਂ ਇਹਨਾਂ ਨੂੰ ਮੈਂ ਕੁਛ ਕਿਤਾਬਾਂ ਕਿ ਜਿਸ ਵਿੱਚ ਚਮਕੌਰ ਦੀ ਗੜੀ ਸਰਹੰਦ ਛੋਟੇ ਸਾਹਿਬਜ਼ਾਦਾ ਦਾ ਸਾਕਾ ਸੀਗਾ ਅਨੰਦਪੁਰ ਸਾਹਿਬ ਦਾ ਇਤਿਹਾਸ ਸੀਗਾ ਇਹਨਾਂ ਨੂੰ ਉਹ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਹੋਇਆ ਸੀ ਉਹਨਾਂ ਦਾ ਉਹ ਮੈਂ ਭੇਜ ਲਿਆ ਇਹਨਾਂ ਨੂੰ। ਉਸ ਤੋਂ ਬਾਅਦ ਉਹ ਮੈਨੂੰ ਦੱਸਦੇ ਨੇ ਕਿ ਉਹ ਜਿਹੜਾ ਅੰਗਰੇਜ਼ ਆ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦੀ ਇੰਨੀ ਰੁਚੀ ਵਧੀ ਕਿ ਅੱਜ ਉਹ ਆਪ ਹੀ ਇੰਟਰਨੈੱਟ ਦੇ ਵਿੱਚ ਈ ਬੁੱਕ ਖੋਲ੍ਹ ਕੇ ਆਪ ਹੀ ਇਤਿਹਾਸ ਪੜ੍ਹਦੇ ਰਹਿੰਦੇ ਹਨ ਔਰ ਇਹ ਵੀ ਹੁਣ ਮੈਨੂੰ ਸੁਣਨ ਨੂੰ ਮਿਲਿਆ ਕਿ ਉਹ ਸਿੱਖ ਸੱਜ ਗਏ ਹਨ ਉਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ। ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਰਾਬਰ ਦਾ ਕੋਈ ਵੀ ਦੁਨੀਆ ਦਾ ਵਾਰਨਾ ਨਹੀਂ ਕਰ ਸਕਿਆ। ਸਭ ਤੋਂ ਵੱਡਾ ਜਿਹੜਾ ਵਾਰਨਾ ਉਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਿੱਸੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।